जियो दे सिम नू त्यागण वाले ते जियो दे टावरां नू तोड़न वाले जिहड़े भरा पंजाब च बैठे उन्हें सारां नू एक बेनती करदे कि जियो दे सिम ते टावर छड्ड के कल्लिया कुछ नहीं बनना, सानू होर सिम जिहड़े साडे दिमागां च फिट आ उह सिम वी सानू की आ त्यागणे पैणगे, क्योंकि जे असीं इस टिकरी बार्डर तों जाके दुआरे फिर रेंज उही फड़नी आ जिहड़ी पिछले 70 सालां तों फड़ी जांदे आ तां साडा कुछ नहीं हो सकदा। इह सारे भरावां ने बैठ के ही विचार बनाया कि असीं जे जियो दे सिम त्यागदे आ कल्ले जां असीं जियो दे टावरां नालों सानू जरूरत आ साडे दिमाग 'च जिहड़े सिम ने इह साडे अकाली कांग्रसी ते जिहड़े आप वाले आ उहनां दे द्वारे रेंज ना फड़न जिहड़े साडे दिमागां 'च चिप्पां फिट्टां जां सिम फिट्टां, उहनां सिमां नूं असीं इत्थे टिकरी बार्डर ते सिट के जाणा, इहनां चुल्ल्यां 'च सिट के जाणा नहीं। साडे चुल्ल्यां ते हुण इही अकाली कांग्रसी विच्चों बड़े बंदे आ के साडे तवियां दे रोटे लाउण लग गए, उह तवियां दे रोटियां इसे करके लाउंदे आ कि कल नूं फिर उहनां ने साडे कोले आउणा, ठीक है, साडे कोले आ के द्वारे उहनां ने फिर क्योंकि वोटां मंगण खातर उह की इह स्टंट कर रहे साडे चुल्ल्यां ते इत्थे आ के भी आपदियां रोटियां सेकण लग गए। इस करके सारे पंजाब 'च बैठे भरावां नूं टिकरी बार्डर तों बेनती करदे आ, भाई गुरदीप सिंह बैठे इन्हां ने अज सवेरे एक मैसेज पाया सी इसे विषय ते कि जे असीं इन्हां लोकां तों खेड़ा छड़ाउणा तां कल्ला की आ टिकरी बार्डर ते धरना दे के नहीं सरना, सानूं साडे दिमागां दे विच्चों इन्हां दे सिम कढणे पैणगे जिहड़े की आ पुराने साडे बजुर्गां ने वी साडे 'च फिट करते सी जां पिंडां दे चौधरियां ने फिट कीते आ। मैं बाई नूं बेनती करदा कि अपने विचार दस्सणगे इस विषय बारे। मेरे ख्याल 'च हुण जियो दे सिम त्यागण दे नाल नाल आपां नूं अपने शरीरां विच जमीर रूपी सिम भी पाउणे पैणगे तां जो ਆਪਣੀਆਂ ਰੇਂਜਾਂ ਸਾਫ ਸਫਾਈ ਵਾਲੇ ਇਮਾਨਦਾਰ ਅਤੇ ਵਧੀਆ ਸੋਚ ਰੱਖਣ ਵਾਲੇ ਵੀਰਾਂ ਨਾਲ ਜੁੜ ਸਕਣ। ਹੁਣ ਇਹ ਮੰਨਣਾ ਪੈਣਾ ਆਪਾਂ ਜਿੱਤ ਯਕੀਨੀ ਹੈ, ਜਿੱਤ ਤਾਂ ਇੱਕ ਰੂਪ ਵਿੱਚ ਆਪਾਂ ਜਿੱਤ ਚੁੱਕੇ ਹਾਂ ਕਿਉਂਕਿ ਜੋ ਆਪਣੀ ਦਿੱਖ ਸੀ ਉਹ ਆਪਾਂ ਸਮੁੱਚੇ ਸੰਸਾਰ ਨੂੰ ਦਿਖਾ ਦਿੱਤੀ ਹੈ ਵੀ ਪੰਜਾਬੀ ਪੰਜਾਬ ਆਪਣੇ ਲਈ ਆਪਣੇ ਵਜੂਦ ਲਈ ਕੀ ਕੁਛ ਕਰ ਸਕਦਾ ਹੈ। ਪਰ ਇੱਕ ਗਾਂਹ ਵਾਲਾ ਭਵਿੱਖ ਹੈ ਜੋ ਪੰਜਾਬ ਲਈ ਖਾਸ ਕਰਕੇ ਜੋ ਦਿੱਲੀ ਦੀਆਂ ਹਕੂਮਤਾਂ ਨੇ ਇਹ ਅੱਗੇ ਦੇ ਤਰੀਕੇ ਨਾਲੋਂ ਵੀ ਵੱਧ ਜ਼ਾਲਮ ਤਰੀਕੇ ਨਾਲ ਆਪਣੇ 'ਤੇ ਪ੍ਰਹਾਰ ਕਰਨੀਆਂ। ਇਸ ਲਈ ਪੰਜਾਬ ਦੀ ਧਰਤੀ 'ਤੇ ਵੀ ਆਪਾਂ ਨੂੰ ਇੱਕ ਵਧੀਆ ਚੰਗੀ ਦੀਵਾਰ ਵਾਲੀ ਸੋਚ ਸਥਾਪਿਤ ਕਰਕੇ ਆਪਾਂ ਨੂੰ ਮਜ਼ਬੂਤ ਕਿਲਾਬੰਦੀ ਕਰਨੀ ਪਊਗੀ ਅਤੇ ਜੋ ਆਪਣੇ ਸੋਚ ਨੂੰ ਇਹਨਾਂ ਦੀਆਂ ਤਿਜੋਰੀਆਂ 'ਚ ਇਹਨਾਂ ਦੀਆਂ ਮਤਲਬ ਡਰਾਇੰਗ ਰੂਮਾਂ ਵਿੱਚ ਗਹਿਣੇ ਕਰ ਦਿੰਦੇ ਵਿਅਕਤੀ ਉਹਨਾਂ ਤੋਂ ਦੂਰੀ ਬਣਾ ਕੇ ਰੱਖਣ ਲਈ ਨਵੇਂ ਨਵੇਂ ਸੋਚ ਵਾਲੇ ਚਿਹਰਿਆਂ ਨੂੰ ਅੱਗੇ ਲਿਆਉਣਾ ਪਊਗਾ, ਆਪਾਂ ਨੂੰ ਮਤਲਬ ਇਸ ਮੈਦਾਨ ਵਿੱਚ ਆਉਣਾ ਪਊਗਾ ਅਤੇ ਜਿਹੜੇ ਆਪਣੇ ਜੀਓ ਦੇ ਸਿਮ ਆਪਾਂ ਸਿੱਟ ਰਹੇ ਇਹਦੇ ਉਦਾਹਰਨ ਦੇ ਤੌਰ 'ਤੇ ਆਪਾਂ ਨੂੰ ਜ਼ਮੀਰਾਂ ਵਿੱਚ ਵਧੀਆ ਆਪਣੇ ਚੰਗੇ ਸਰੀਰਾਂ ਵਿੱਚ ਜ਼ਮੀਰ ਰੂਪੀ ਸਿਮ ਪਾਉਣੇ ਪੈਣਗੇ। ਬੜੀ ਵਧੀਆ ਬਾਈ ਨੇ ਗੱਲ ਆਖੀ ਆ, ਬਾਈ ਨੇ ਗੱਲ ਕੀਤੀ ਆ ਕਿ ਸਾਨੂੰ ਜ਼ਮੀਰਾਂ ਦੇ ਸਿਮ ਪਾਉਣੇ ਪੈਣਗੇ, ਜ਼ਮੀਰਾਂ ਦੇ ਸਿਮ ਪੈ ਚੁੱਕੇ ਆ ਅਤੇ ਹੁਣ ਰੇਂਜ ਫੜਨੀ ਬਾਕੀ ਆ ਅਤੇ ਰੇਂਜ ਅਸੀਂ ਕਿਹੜੇ ਟਾਵਰਾਂ ਦੀ ਫੜਨੀ ਆ, ਅਸੀਂ ਉਹਨਾਂ ਟਾਵਰਾਂ ਦੀ ਫੜਨੀ ਆ ਜਿਹੜੇ ਟਾਵਰਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ, ਜਿਨ੍ਹਾਂ ਨੇ ਸਾਡੇ ਦਿਮਾਗ ਜਗਾਏ ਆ। ਅਸੀਂ ਬੇਨਤੀ ਕਰਦੇ ਹਾਂ ਜਿੰਨੇ ਭਰਾ ਬੈਠੇ ਆ ਸਾਰੇ ਆਪਣੇ ਵਿਚਾਰ ਦੱਸਣਗੇ ਜਿਹੜੇ ਵੀ ਭਰਾ ਇੱਥੇ ਸਾਡੇ ਵਿੱਚ ਬੈਠੇ ਨੇ, ਅਤੇ ਇਹਦੇ ਨਾਲ ਹੀ ਜਿਵੇਂ ਬਾਈ ਗੁਰਦੀਪ ਸਿੰਘ ਨੇ ਗੱਲ ਕੀਤੀ ਆ, ਬੜੇ ਇਹਨਾਂ ਨੇ ਅਕਸਰ ਪੋਸਟਾਂ ਪਾਉਂਦੇ ਰਹਿੰਦੇ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ ਕਿ ਤਚੋਰੀਆਂ ਦੇ ਵਿੱਚ ਜਿਨ੍ਹਾਂ ਨੇ ਆਪਣਾ ਜ਼ਮੀਰ ਗਹਿਣੇ ਰੱਖ ਰੱਖਿਆ ਇਹਨਾਂ ਕੋਲ ਸਾਡੇ ਪਿੰਡ ਦੇ ਘੜਮ ਚੌਧਰੀ ਆ, ਇਸ ਕਰਕੇ ਅਸੀਂ ਅਕਸਰ ਸਟੇਜਾਂ ਤੋਂ ਵੀ ਕਹਿੰਦੇ ਹੁੰਦੇ ਹਾਂ ਕਿ ਪਿੰਡਾਂ ਦੇ ਬਾਦਲ ਕੈਪਟਨ ਮਾਰ ਲਓ ਇਹ ਤਾਂ ਹੱਲੇ ਮਰ ਜਾਣਗੇ। ਇਹੀ ਗੱਲਾਂ ਸੀ ਕਿ ਇਹੀ ਗੱਲ ਕਹਿਣੇ ਆ ਕਿ ਇੱਥੇ ਅਸੀਂ ਇਹਨਾਂ ਨੂੰ ਮਾਰ ਕੇ ਆਏ ਹਾਂ ਪਰ ਇੱਥੇ ਦੁਆਰੇ ਸਾਡੇ ਮਗਰ ਤੁਰੇ ਆਉਂਦੇ ਆ ਇਹ, ਅਤੇ ਬੇਨਤੀ ਕਰਦੇ ਹਾਂ ਬਾਈ ਇਹਨਾਂ ਨੂੰ ਚੁੱਲ੍ਹਿਆਂ 'ਤੇ ਨਾ ਬੈਠਣ ਦਿਓ, ਜਿਹੜੇ ਤੁਸੀਂ ਜਾਣਦੇ ਹੋ ਸਿਆਸੀ ਰੋਟੀਆਂ ਸੇਕਣ ਆਉਂਦੇ ਆ ਉਹਨਾਂ ਦਾ ਤਿਆਗ ਕਰਨਾ ਪਊ, ਅਤੇ ਜਿਹੜੀਆਂ ਜਥੇਬੰਦੀਆਂ ਸਟੇਜਾਂ ਤੋਂ ਬੋਲ ਰਹੀਆਂ ਨੇ, ਦੇਖੋ ਪੰਜਾਬ ਦੇ ਕਿਸਾਨ ਨੇ ਲੜਾਈ ਜਿੱਤ ਲਈ ਆ, ਹੁਣ ਹਾਰ ਜਿੱਤ ਜਿਹੜੀ ਹੋਣੀ ਆ ਉਹ ਲੀਡਰਾਂ ਦੀ ਹੋਣੀ ਆ, ਉਹ ਟੇਬਲ ਟਾਕ 'ਤੇ ਜਿਹੜੀ ਮਰਜ਼ੀ ਨਿਬੜੇ ਪਰ ਪੰਜਾਬ ਦੇ ਲੋਕ ਜਿੱਤ ਚੁੱਕੇ, ਸਾਨੂੰ ਮਨ ਦੇ ਵਿੱਚ ਕੀ ਆ ਜਿਹੜਾ ਵਸਾਉਣਾ ਪਊ ਇਹ ਗੱਲ, ਅਤੇ ਕਿਉਂਕਿ ਅਸੀਂ ਆਪਣਾ ਜਿੰਨੀ ਵਾਹ ਲਾ ਸਕਦੇ ਹਾਂ, ਕਿਉਂਕਿ ਲੋਕਾਂ ਨੂੰ ਜਾਂ ਲੀਡਰਾਂ ਨੂੰ ਜਿਹੜੇ ਸਾਡੇ ਕਿਸਾਨ ਆਗੂ ਆ ਕਿਸੇ ਨੂੰ ਆਸ ਨਹੀਂ ਸੀ, ਨਾ ਮੋਦੀ ਨੂੰ ਆਸ ਸੀ ਕਿ ਲੋਕ ਉੱਠ ਖੜਨਗੇ, ਪਰ ਪੰਜਾਬ ਦੀ ਮਿੱਟੀ 'ਚ ਇਨਕਲਾਬ ਉੱਠਿਆ, ਅੱਜ ਮਿੱਟੀ ਜਰਖੇਜ ਆ, ਲੋੜ ਆ ਚੰਗੇ ਬੰਦੇ ਮੂਹਰੇ ਲੱਗ ਕੇ ਕੋਈ ਚੰਗੇ ਬੀਜ ਬੀਜਣ ਤਾਂ ਕਿ ਇਹ ਚੰਗੀਆਂ ਫਸਲਾਂ ਲੈ ਲਹਾਉਣ, ਨਹੀਂ ਇਹ ਝੋਟੇ ਸਾਨੂੰ ਜਿਹੜੇ ਚਰਦੇ ਆਏ ਆ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਤੋਂ ਖਹਿੜਾ ਨਹੀਂ ਛੁੱਟਣਾ। ਜਿਵੇਂ ਬਾਈ ਨੇ ਜਿਹੜੀ ਪੋਸਟ ਪਾਈ ਉਹ ਪੋਸਟ 'ਤੇ ਗੌਰ ਵੀ ਕਰਿਓ, ਬਾਈ ਗੁਰਦੀਪ ਸਿੰਘ ਲੰਬੜਦਾਰ ਦੇ ਨਾਂ 'ਤੇ ਮੈਂ ਕਿਹਨਾਂ ਦਾ ਕੀ ਹੈ ਫੇਸਬੁੱਕ ਪੇਜ ਬਣਿਆ ਹੋਇਆ, ਬਾਕੀ ਸਾਡਾ ਲੋਕ ਅਧਿਕਾਰ ਲਹਿਰ ਦੇ ਪੇਜ 'ਤੇ ਕਈ ਭਰਾ ਜੁੜੇ ਹੋਏ ਆ ਅਤੇ ਹੋਰ ਭਰਾ ਵੀ, ਇਸ ਮੈਸੇਜ ਨੂੰ ਵੀ ਅੱਗੇ ਸਾਂਝਾ ਕਰਿਓ ਜੇ ਤੁਹਾਡੇ ਮਨ ਨੂੰ ਇਹ ਮੈਸੇਜ ਲੱਗੇ। ਮੈਂ ਬਾਈ ਮੇਜਰ ਨੂੰ ਬੇਨਤੀ ਕਰਦਾ ਕਿ ਆਪਣੇ ਵਿਚਾਰ ਦੱਸਣਗੇ ਇਸ ਗੱਲ ਬਾਰੇ।
ਜਿਵੇਂ ਸਰਦਾਰ ਭਗਤ ਸਿੰਘ ਜੀ ਹਮੇਸ਼ਾ ਕਹਿੰਦੇ ਰਹੇ ਆ ਵੀ ਇਨਕਲਾਬ ਕਦੇ ਬੰਬਾਂ ਅਤੇ ਬੰਦੂਕਾਂ ਨਾਲ ਨਹੀਂ ਆਉਂਦਾ, ਇਨਕਲਾਬ ਦੀ ਤਲਵਾਰ ਹੈ ਜਿਹੜੀ ਉਹ ਵਿਚਾਰਾਂ ਦੀ ਸਾਨ 'ਤੇ ਤਿੱਖੀ ਹੁੰਦੀ ਆ, ਅਤੇ ਜਿਹੜਾ ਅੱਜ ਦਾ ਇਨਕਲਾਬ ਹੈ ਇਹ ਵਿਚਾਰਾਂ ਕਰਕੇ ਹੀ ਤਿੱਖਾ ਹੋਇਆ, ਜਿਹੜੀ ਇਹਦੀ ਤਲਵਾਰ ਹੈ ਉਹ ਜਿਹੜੇ ਵਿਚਾਰ ਹੋਏ ਆ, ਅਤੇ ਸਾਨੂੰ ਅੱਗੇ ਵੀ ਵਿਚਾਰ ਦੁਹਰਾਉਂਦੇ ਰਹਿਣਾ ਚਾਹੀਦਾ। ਅਸੀਂ ਇੱਥੋਂ ਜਿੱਤ ਚੁੱਕੇ ਹਾਂ, ਇੱਥੋਂ ਜਿੱਤ ਕੇ ਜਾਵਾਂਗੇ, ਅਤੇ ਸਾਨੂੰ ਲੋੜ ਹੈ ਅੱਗੇ ਪੰਜਾਬ ਦੇ ਵਿੱਚ ਵੀ ਜਾ ਕੇ। ਅਤੇ ਇੱਕ ਸੋਚਣ ਵਾਲੀ ਗੱਲ ਆ ਵੀ ਸਾਡੇ 'ਤੇ ਕੁਦਰਤੀ ਕਰੋਪੀ ਆਈ ਕਰੋਨਾ, ਅਤੇ ਸਾਡੇ 'ਤੇ ਦੂਸਰੀ ਕਰੋਪੀ ਆਹ ਜਿਹੜੀ ਸੈਂਟਰ ਗੌਰਮੈਂਟ ਵੱਲੋਂ ਇੱਕ ਖਤਰਨਾਕ ਪੋਲਸੀਆਂ ਸਾਡੇ ਅੱਗੇ ਪਰੋਸੀਆਂ ਗਈਆਂ। ਇਹਨਾਂ ਦੋਨਾਂ ਦੇ ਵਿੱਚੋਂ ਨਿਕਲਣ ਵਾਸਤੇ ਜਿਨ੍ਹਾਂ ਖਾਤਰ ਅਸੀਂ ਲੜਦੇ ਰਹੇ ਹਾਂ, ਜਿਨ੍ਹਾਂ ਦੇ ਪਿੱਛੇ ਅਸੀਂ ਆਪਦੀਆਂ ਰਿਸ਼ਤੇਦਾਰੀਆਂ ਭੈਣ ਭਰਾਵਾਂ ਨਾਲ ਟੁੱਟਦੇ ਰਹੇ ਹਾਂ, ਕੀ ਸਾਡਾ ਸਾਥ ਦਿੱਤਾ? ਕੋਈ ਨਹੀਂ ਖੜ੍ਹਾ ਸਾਡੇ ਨਾਲ ਆ ਕੇ, ਨਾ ਸਾਡੇ ਕੋਲ ਆ ਕੇ ਖੜ੍ਹਾ ਉਸ ਮਹਾਂਮਾਰੀ ਦੇ ਦੌਰ ਵਿੱਚ, ਅਤੇ ਨਾ ਸਾਡੇ ਹੱਕਾਂ ਲਈ ਸਾਡੇ ਨਾਲ ਆ ਕੇ ਖੜ੍ਹੇ ਆ। ਇੱਥੇ ਸਾਨੂੰ ਖੁਦ ਨੂੰ ਖੜ੍ਹਨਾ ਪਿਆ ਹੈਗਾ, ਅਤੇ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਆਪਦੀ ਜ਼ਮੀਰ ਨੂੰ ਜਗਾਓ, ਜ਼ਮੀਰ ਦੇ ਵਿੱਚ ਇੱਕ ਪੈਦਾ ਕਰੋ, ਅਸੀਂ ਪੈਦਾਇਸ਼ ਕਿਸ ਦੀ ਹਾਂ, ਅਸੀਂ ਕਿਹਦੀ ਅੰਸ਼ ਆ, ਸਾਡੇ ਵਿੱਚ ਇੰਸਪੀਰੇਸ਼ਨ ਕਿਸ ਦੀ ਹੋਣੀ ਚਾਹੀਦੀ ਹੈ, ਕਿਹੋ ਜਿਹੀ ਸੋਚ ਹੋਣੀ ਚਾਹੀਦੀ ਹੈ, ਚੰਗੀ ਸੋਚ ਸਮਾਜ ਦੇ ਭਲੇ ਲਈ, ਸਰਬੱਤ ਦੇ ਭਲੇ ਦੀ ਅਸੀਂ ਅਰਦਾਸ ਕਰਦੇ ਹਾਂ, ਅਤੇ ਸਾਨੂੰ ਸਰਬੱਤ ਦੇ ਭਲੇ ਦੀ ਅਰਦਾਸ ਦੇ ਵਿੱਚ ਉਸ ਦੇ ਉੱਤੇ ਅਮਲ ਵੀ ਕਰਨਾ ਚਾਹੀਦਾ, ਅਤੇ ਸਰਬੱਤ ਦੇ ਭਲੇ ਲਈ ਜੇ ਕਾਰਜ ਕਰਨੇ ਪੈਣਗੇ ਤਾਂ ਸਾਨੂੰ ਨਿੱਜ ਤਿਆਗਣਾ ਪਊਗਾ। ਨਿੱਜ ਕੀ ਆ? ਸਾਡੇ ਛੋਟੇ ਛੋਟੇ ਨਿੱਜ ਆ, ਕਿਸੇ ਨੂੰ ਇਹ ਹੈਗਾ ਵੀ ਸ਼ਾਇਦ ਮੈਂ ਕਨੈਕਸ਼ਨ ਲੈ ਲੂੰ, ਕਿਸੇ ਨੂੰ ਥਾਣੇ ਕਚਹਿਰੀਆਂ ਦੀ ਹੈ, ਅਤੇ ਉਹ ਮਾੜੇ ਲੀਡਰਾਂ ਦੀਆਂ ਤਲੇ ਚੜ੍ਹਦੇ ਆ, ਉਹ ਉਹਨਾਂ ਦੇ ਮਗਰ ਜਾ ਕੇ ਹੋਰਾਂ ਲੋਕਾਂ ਨੂੰ ਵੇਚਣ ਦੀ ਕੋਸ਼ਿਸ਼ ਕਰਦੇ ਆ। ਇਹ ਸਿਸਟਮ ਨੂੰ ਜੜ੍ਹ ਤੋਂ ਪੁੱਟਣ ਲਈ ਸਾਨੂੰ ਲਾਮਬੰਦ ਹੋਣਾ ਪਊਗਾ। ਪੰਜਾਬ ਨੂੰ ਬਚਾਉਣ ਵਾਸਤੇ ਜੇ ਪੰਜਾਬ ਦੇ ਲੋਕ ਆਪਦੇ ਹੱਕਾਂ ਪ੍ਰਤੀ ਜਾਗਰੂਕ ਹੋਣਗੇ, ਜਾਗਰੂਕ ਹੀ ਲੈ ਕੇ ਆਉਣਗੇ, ਤਾਂ ਆਪਾਂ ਪੰਜਾਬ ਨੂੰ ਬਚਾ ਸਕਦੇ ਹਾਂ। ਇਹਨਾਂ ਰਾਜਨੀਤਿਕ ਪਾਰਟੀਆਂ ਨਾ ਰਾਜਨੀਤਿਕ ਲੀਡਰਾਂ ਤੋਂ ਅਸੀਂ ਕਦੇ ਵੀ ਆਸ ਨਾ ਰੱਖੀਏ। ਸੋ ਭਗਤ ਸਿੰਘ ਦੇ ਸਾਡੇ ਗੁਰੂਆਂ ਦੇ ਦਰਸਾਏ ਹੋਏ ਮਾਰਗ 'ਤੇ ਚੱਲੀਏ, ਅਤੇ ਇੱਕ ਇਨਕਲਾਬ ਜਿਹੜਾ ਉੱਠਿਆ ਇਹਨੂੰ ਠੰਡਾ ਨਾ ਪੈਣ ਦੇਈਏ, ਇਸ ਇਨਕਲਾਬ ਦੇ ਉੱਤੇ ਵਧੀਆ ਇੱਕ ਇਮਾਰਤ ਪੈਦਾ ਕਰਕੇ ਅੱਗੇ ਦੀ ਗੱਲ ਬਾਈ ਰੁਪਿੰਦਰ ਕਰਨਗੇ। ਮੈਂ ਹੁਣ ਬਾਈ ਸੁਖਮੰਦਰ ਨੂੰ ਬੇਨਤੀ ਕਰਦਾ ਗੁਰੂ ਸਰ ਤੋਂ, ਇਹ ਬਾਈ ਵੀ ਆਪਣੇ ਵਿਚਾਰ ਦੱਸਣਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਸ਼ਹੀਦ ਊਧਮ ਸਿੰਘ ਦਾ ਜਨਮ ਦਿਨ ਹੈ, ਅਤੇ ਉਹਦੇ ਅੰਦਰ ਬਹੁਤ ਵੱਡਾ ਸੁਪਨਾ ਸੀਗਾ ਆਜ਼ਾਦੀ ਦਾ, ਅਤੇ ਉਹ ਅਸੀਂ ਇੱਥੇ ਟਿਗਰੀ ਬਾਰਡਰ 'ਤੇ ਜਾਂ ਸਿੰਘੂ ਬਾਰਡਰ ਜਾਂ ਕੁੰਡਲੀ ਬਾਰਡਰ 'ਤੇ ਅਸੀਂ ਦੇਖ ਰਹੇ ਹਾਂ ਵੀ ਨੌਜਵਾਨਾਂ 'ਚ ਉਹੀ ਜੋਸ਼ ਇੱਥੇ ਹੈ, ਅਤੇ ਇਸ ਜੋਸ਼ ਨੂੰ ਅਸੀਂ ਬਰਕਰਾਰ ਰੱਖਣਾ। ਇੱਥੇ ਆਪਣਾ ਸਿਆਸਤ ਰੂਪੀ ਸਾਰਾ ਕੁਝ ਛੱਡ ਕੇ ਅਤੇ ਨਵੀਂ ਸਿਆਸਤ ਪੰਜਾਬ 'ਚ ਜਾ ਕੇ ਅਸੀਂ ਵੀ ਕਾਇਮ ਕਰੀਏ, ਕੋਈ ਮਿਸਾਲ ਕਾਇਮ ਕਰੀਏ, ਅਤੇ ਸ਼ਹੀਦਾਂ ਦੇ ਸੁਪਨਿਆਂ 'ਤੇ ਚੱਲੀਏ। ਇਹੀ ਅੱਜ ਉਹਨਾਂ ਨੂੰ ਸਾਡੀ ਸ਼ਰਧਾਂਜਲੀ ਹੋਊਗੀ, ਅਤੇ ਇਹੀ ਉਹਨਾਂ ਦੇ ਜਨਮ ਦਿਨ 'ਤੇ ਸਾਡਾ ਸੁਨੇਹਾ ਹੋਊਗਾ। ਧੰਨਵਾਦ ਜੀ। ਜਿਹੜੇ ਨੌਜਵਾਨ ਭਰਾ ਬਾਈ ਜੀ ਇਹ ਸੋਚ ਨਾਲ ਸਹਿਮਤ ਆ, ਜਿਹੜੀਆਂ ਗੱਲਾਂ ਨੌਜਵਾਨ ਭਰਾ ਕਰ ਰਹੇ ਆ, ਅਤੇ ਤੁਹਾਡੀ ਸੋਚ ਵੀ ਇਹੀ ਆ, ਤਾਂ ਇਹਨੂੰ ਮੈਸੇਜ ਨੂੰ ਸ਼ੇਅਰ ਕਰ ਦਿਓ। ਜੇ ਨਹੀਂ ਸਹਿਮਤ ਹੈਗੇ ਤਾਂ ਵੀਰ ਬਣ ਕੇ ਫਿਰ ਵੀ ਆਪਣੇ ਕਮੈਂਟ ਬਾਕਸ ਦੇ ਵਿੱਚ ਹਾਂ ਪੱਖੀ ਜਾਂ ਨਾ ਪੱਖੀ ਵਿਚਾਰ ਜ਼ਰੂਰ ਰੱਖਿਓ, ਕਿਉਂਕਿ ਵਿਚਾਰ ਕਰਾਂਗੇ ਤਾਂ ਕੋਈ ਨਾ ਕੋਈ ਮਸਲੇ ਦਾ ਹੱਲ ਨਿਕਲੂਗਾ। ਸਾਨੂੰ ਇਹਨਾਂ ਚੀਜ਼ਾਂ ਦੇ ਹੱਲ ਵਾਸਤੇ ਇੱਕ ਦੂਜੇ ਨਾਲ ਵਿਚਾਰ ਕਰਨੇ ਜ਼ਰੂਰੀ ਆ। ਕਿਸਾਨ ਜਥੇਬੰਦੀਆਂ ਨੂੰ ਵੀ ਅਸੀਂ ਬੇਨਤੀ ਕਰਦੇ ਆਉਂਦੇ ਹਾਂ, ਬਿੱਲ ਵਾਪਸ ਹੋਣਗੇ, ਪਰ ਵਾਪਸ ਕਰਨ ਤੋਂ ਬਾਅਦ ਅਸੀਂ ਜੇ ਪੰਜਾਬ 'ਚ ਜਾਵਾਂਗੇ ਤਾਂ ਪੰਜਾਬ ਫਿਰ ਵੀ ਸਾਡਾ ਉੱਜੜਨਾ, ਕਿਉਂਕਿ ਜਿਹੋ ਜਿਹੇ ਹਾਲਾਤ ਅੱਜ ਪੰਜਾਬ ਦੇ ਵਿੱਚ ਹੈਗੇ ਆ, ਜਿਹੜਾ ਦੁਰਦਸ਼ਾ ਕਿਸਾਨੀ ਦੀ ਹੋਈ ਪਈ ਆ। ਇਹ ਮੌਜੂਦਾ ਜਿਹੜੀ ਪਾਲਿਸੀ ਸਾਡੇ ਪੰਜਾਬ 'ਚ ਸੀਗੀ MSP ਰਹਿੰਦੇ ਹੋਏ ਕੀ ਸੀਗੀ, ਉਹਦੇ ਵਾਸਤੇ ਸਾਨੂੰ ਜਿਹੜਾ ਮਾਡਲ ਨਵਾਂ ਘੜਨਾ ਉਹਦੇ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਇੱਥੋਂ ਮਾਡਲ ਵੀ ਕੀ ਆ ਤਿਆਰ ਕੀਤਾ ਜਾਵੇ ਅਤੇ ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਜਾਵੇ, ਨੌਜਵਾਨਾਂ ਨੂੰ ਦਿੱਤਾ ਜਾਵੇ। ਜੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਕਿਸਾਨੀ ਦਾ ਨਵਾਂ ਮਾਡਲ ਵੀ ਇੱਥੋਂ ਘੜ ਕੇ ਤੁਰਨਾ ਜ਼ਰੂਰੀ ਆ, ਸਾਡੇ ਹਿਸਾਬ ਨਾਲ ਜਿੰਨੇ ਭਰਾ ਬੈਠੇ ਪਹਿਲਾਂ ਇਹੀ ਵਿਚਾਰਾਂ ਹੋਈਆਂ ਕਿ ਪੰਜਾਬ ਦੀ ਹੋਂਦ ਬਚਾਉਣ ਦੇ ਲਈ ਬਿੱਲ ਜੇ ਵਾਪਸ ਨਾ ਹੁੰਦੇ ਫਿਰ ਵੀ ਪੰਜਾਬ ਨੂੰ ਕੀ ਇੱਕ ਅੰਦੋਲਨ ਕਰਨਾ ਪੈਣਾ ਸੀ, ਇੱਕ ਨਵੀਂ ਨੀਤੀ ਲੈ ਕੇ ਆਉਣੀ ਪੈਣੀ ਸੀ, ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ, ਸਾਡੀ ਕੋਈ ਖੇਤੀ ਨੀਤੀ ਹੈ ਨਹੀਂ। ਉਸ ਨੀਤੀ ਨੂੰ ਕੀ ਇੱਥੋਂ ਤਿਆਰ ਕੀਤਾ ਜਾਵੇ, ਸਾਰੇ ਵਰਗ ਇੱਥੇ ਜੁੜੇ ਹੋਏ ਆ, ਹਰੇਕ ਜਿਹੜਾ ਵੀ ਖੇਤੀਬਾੜੀ ਨਾਲ ਜੁੜਿਆ ਹੋਇਆ, ਇਕੱਲੀ ਕਿਸਾਨ ਜਥੇਬੰਦੀਆਂ ਨਹੀਂ, ਇਹ ਖੇਤੀਬਾੜੀ ਜਥੇਬੰਦੀ ਬਣ ਕੇ ਇੱਥੋਂ ਕੋਈ ਨਾ ਕੋਈ ਜਥੇਬੰਦੀ ਉੱਪਰੇ ਜਿਹੜੀ ਖੇਤੀਬਾੜੀ ਦੀ ਵੀ ਨਾਲ ਗੱਲ ਕਰੇ, ਕਿਸਾਨੀ 'ਚ ਕਿਤੇ ਨਾ ਕਿਤੇ ਮਜ਼ਦੂਰ ਰਹਿ ਜਾਂਦਾ, ਠੀਕ ਹੈ, ਨਾਲ ਕਿ ਦੁਕਾਨਦਾਰ ਮਨਫੀ ਹੋ ਜਾਂਦਾ, ਤਾਂ ਸਾਡੀ ਜਥੇਬੰਦੀ ਖੇਤੀਬਾੜੀ ਜਥੇਬੰਦੀ ਬਣੇ, ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ, ਅਤੇ ਇਹਦੇ 'ਤੇ ਸਾਰੀ ਨਿਉਂ ਡਿੱਗਣੀ ਆ। ਅੱਗੇ ਮੈਂ ਮੇਰੇ ਭਰਾ ਨੂੰ ਬੇਨਤੀ ਕਰਦਾ, ਸੇਵਕ ਨੂੰ, ਜਿਹੜੇ ਕਿ ਸਿੱਧੂਪੁਰ ਦੇ ਕੀ ਆ ਬਲਾਕ ਦੇ ਅਹੁਦੇਦਾਰ ਵੀ ਹੈਗੇ ਆ ਅਤੇ ਪਿੰਡ ਦੀ ਇਕਾਈ ਦੇ ਪ੍ਰਧਾਨ ਨੇ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਆਪਣੇ ਵਿਚਾਰ ਦੱਸਣਗੇ। ਹਾਂਜੀ ਬਾਈ ਜੀ, ਇਹ ਆਪਣੀ ਜਿੱਤ ਤਾਂ ਹੋ ਚੁੱਕੀ ਹੈ, ਆਪਣਾ ਮੇਨ ਮਕਸਦ ਤਾਂ ਲੋਕਾਂ ਨੂੰ ਜਗਾਉਣਾ ਸੀਗਾ, ਜੋ ਅੱਜ ਜਾਗ ਚੁੱਕੇ ਨੇ, ਹਰੇਕ ਵਰਗ ਜਾਗ ਚੁੱਕਿਆ ਗਿਆ, ਉਹਨਾਂ ਨੂੰ ਪਤਾ ਵੀ ਸਾਡੇ ਨਾਲ ਧੱਕਾ ਹੋ ਰਿਹਾ। ਫਿਰ ਗੱਲ ਇੱਕ ਹੋਰ ਵੀ ਆ ਵੀ ਆਪਾਂ ਪੰਜਾਬੀ ਹਾਂ ਨਾ ਜਿਹੜੇ ਭੁੱਲ ਜਾਂਦੇ ਹਾਂ, ਆਪਣੇ ਨਾਲ ਜੋ ਵੀ ਹੁੰਦਾ ਉਹ ਭੁੱਲ ਜਾਂਦੇ, ਆਪਾਂ 6 ਮਹੀਨਿਆਂ ਬਾਅਦ ਹੀ ਭੁੱਲ ਜਾਂਦੇ ਹਾਂ। ਜਿਵੇਂ ਤੁਸੀਂ ਇੱਕ ਉਦਾਹਰਣ ਦੇ ਤੌਰ 'ਤੇ ਮੈਂ ਕਹਿਣਾ ਗਾ, ਆਪਾਂ ਹਰੇਕ ਸਾਲ ਕਹਿ ਦਿੰਦੇ ਵੀ ਐਤਕੀ ਸਰਦੀ ਵੱਧ ਪਈ ਆ, ਪਿਛਲੇ ਸਾਲ ਲਈ ਭੁੱਲ ਜਾਂਦੇ ਹਾਂ, ਜਿਹੜਾ ਆਪਣੇ ਨਾਲ ਧੱਕਾ ਹੋ ਜਾਂਦਾ ਆਪਾਂ ਅਗਲੇ ਸਾਲ ਭੁੱਲ ਜਾਂਦੇ ਹਾਂ ਵੀ ਹਾਂ ਯਾਰ ਕੋਈ ਗੱਲ ਨਹੀਂ ਹੋ ਗਿਆ ਤਾਂ ਕੀ ਆ।
पर हरेक बंदे नूं अज जागणा दी लोड़ हैगी। जे आपां अज इत्थे बैठे आ चुल्ह्या ते बैठे आ, ये आपां नूं याद रखना चाहिए सारी उम्र भी सानू इत्थे बिठाया इन्हां ने, किने बिठाया, जिहड़े अपने लीडर आपां चुण के घले आ। जमीर दा जागणा ही सानू पता भी सब तो वड्डी गल है, जमीर जागनी आपां नूं, जमीर जगाउणी पऊ। बाई ने गल कीती हैगी, जमीर जागनी जरूरी है जी। ठीक है बाई जी, तुसीं करो गलबात। चलो बाई जी, साड़ी है जिहड़ी चुल्हा साथी आ, कल नूं फिर इसे समय दौरान की आ सारे भरा जिन्ने होवांगे, कल नूं फिर तुहाडे नाल कुछ गल्लां बातां करांगे जिहड़ियां भी भरावां दे बलबले होणगे। ये चुल्हा साथ रोज़ ही लगातार आपां करदे रहांगे, ते जिन्ने भरा हैगा तुहाडा कोई विचार होवे, सुझाव होवे, उह सानूं दिंदे रहो, तां कि असीं हर रोज़ दी तरह कोई ना कोई नवां कोई विशे ते गल करके उन्हां बारे की कोई विचारां करिए करांगे, गल तां मिलूगा। हले इसे सोच नूं लैके अज चुल्हे साथ दी पहली जिहड़ी तुहाडे नाल की आ सोच सांझी कीती आ, धन्नवाद जी।